ਜੀਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਔਰ ਕਰੰਟ ਇਸ਼ੂ ਲਈ ਚੱਲਦੇ ਹਾਂ ਗੁਰਦਾਸਪੁਰ ਦੇ ਇਲਾਕੇ 'ਚ। ਦੋਸਤੋ, ਇਸ ਤੋਂ ਪਹਿਲਾਂ ਕਿ ਗੱਲ ਸ਼ੁਰੂ ਕਰਾਂ, ਕੁਛ ਸਵੇਰੇ ਕੁਛ ਸ਼ਬਦ ਸੁਣਨ ਦਾ ਮਤਲਬ ਸੁਭਾਗ ਪ੍ਰਾਪਤ ਹੋਇਆ। ਉਹ ਸ਼ਬਦ ਜਿਸ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਹੈ, ਉਹ ਸ਼ਬਦ ਜਿਸ ਵਿੱਚ 1947 ਦੀ ਗੱਲ ਕੀਤੀ ਹੈ, ਉਹ ਸ਼ਬਦ ਜਿਹਦੇ ਵਿੱਚ 84 ਦੀ ਗੱਲ ਕੀਤੀ ਹੈ, ਅਤੇ ਉਹ ਸ਼ਬਦ ਜਿਹਦੇ ਵਿੱਚ ਨਸ਼ਿਆਂ ਦੀ ਗੱਲ ਕੀਤੀ ਹੈ। ਉਹ ਕੀ ਸ਼ਬਦ ਨੇ ਕਿ ਵੱਡਾ ਨਿੱਕਾ ਘੱਲੂਘਾਰਾ, ਫਿਰ 1947, ਫਿਰ ਕਤਲੇਆਮ 84 ਦਾ, ਅਤੇ ਹੁਣ ਨਸ਼ਿਆਂ ਦੀ ਵਾਰੀ। ਲੱਗਦਾ ਮੇਰੇ ਪੰਜਾਬ ਦੀ ਤਕਦੀਰ ਹੀ ਲਿਖਤੀ ਮਾੜੀ, ਲੱਗਦਾ ਮੇਰੇ ਪੰਜਾਬ ਦੀ ਤਕਦੀਰ ਹੀ ਲਿਖਤੀ ਮਾੜੀ। ਸੋਚੋ ਦੋਸਤੋ, ਇਹ ਜਿਹੜੇ ਸ਼ਬਦ ਨੇ ਸੱਚਮੁੱਚ ਜਦੋਂ ਮੈਂ ਸਵੇਰੇ ਸੁਣੇ ਨੇ ਜਾਂ ਕਹਿ ਸਕਦੇ ਕਿ ਪੜ੍ਹੇ ਨੇ, ਤਾਂ ਮੇਰੀ ਆਤਮਾ ਪੂਰੇ ਦੇ ਪੂਰੇ ਪੰਜਾਬ ਦੇ ਨੌਜਵਾਨਾਂ ਵੱਲ ਜਾ ਚੁੱਕੀ ਸੀ। ਲੇਕਿਨ ਜਿਸ ਖਬਰ ਦੇ ਨਾਲ ਅਸੀਂ ਅੱਜ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ, ਗੁਰਦਾਸਪੁਰ ਇਲਾਕੇ ਵਿੱਚ ਅਕਸਰ ਆਪਾਂ ਨੂੰ ਬੋਰਡ ਲਿਖੇ ਮਿਲਣਗੇ ਜਿਨ੍ਹਾਂ ਬੋਰਡਾਂ ਦੇ ਉੱਪਰ ਉਹਨਾਂ ਲੋਕਾਂ ਦੇ ਨਾਮ ਨੇ ਜੋ ਨਸ਼ਾ ਤਸਕਰੀ ਦੇ ਕਿੱਤੇ ਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਮੋਬਾਈਲ ਨੰਬਰ ਨੇ, ਉਹਨਾਂ ਦੇ ਨਾਮ ਨੇ, ਇੱਥੋਂ ਤੱਕ ਕਿ ਉਹਨਾਂ ਦੇ ਪੂਰੇ ਘਰ ਦੇ ਐਡਰੈਸ ਵੀ ਦਿੱਤੇ ਹੋਏ ਨੇ। ਇਹ ਸਾਰੇ ਦਾ ਸਾਰਾ ਹੀ ਖੁਲਾਸਾ ਕੀਤਾ ਹੈ ਜੀ, ਸਭ ਦਾ ਭਲਾ ਔਰ ਉਸ ਸਭ ਦੇ ਭਲਾ ਸੋਸਾਇਟੀ ਦੇ ਕਰਤਾ ਧਰਤਾ ਸਰਦਾਰ ਨਵਤੇਜ ਸਿੰਘ ਗੱਗੂ ਜੀ ਨੇ। ਔਰ ਦੋਸਤੋ, ਪਹਿਲਾਂ ਇੱਕ ਸੋਸ਼ਲ ਮੀਡੀਆ 'ਤੇ ਇਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਕਿਹੜੀ ਵੀਡੀਓ ਆ ਔਰ ਉਸ ਵੀਡੀਓ ਦੇ ਵਿੱਚ ਕੀ ਖੁਲਾਸੇ ਕੀਤੇ ਗਏ ਨੇ, ਉਸ ਤੋਂ ਪਹਿਲਾਂ ਕਿ ਉਹ ਵੀਡੀਓ ਵੇਖੀਏ, ਮੈਂ ਦੱਸ ਦਿਆਂ ਕਿ ਨਵਤੇਜ ਸਿੰਘ ਗੱਗੂ ਜੀ ਅੱਜ ਏਵਨ ਪੰਜਾਬੀ ਦੇ ਨਾਲ ਜੁੜੇ ਹੋਏ ਨੇ। ਬਸ ਇਸ ਵੀਡੀਓ ਤੋਂ ਬਾਅਦ ਆਪਾਂ ਨਵਤੇਜ ਸਿੰਘ ਗੱਗੂ ਜੀ ਦੇ ਕੋਲ ਜਾਵਾਂਗੇ ਔਰ ਪੂਰਾ ਉਹਨਾਂ ਦੇ ਕੋਲੋਂ ਇਸ ਗੱਲ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਆਖਰ ਇਹ ਜਿਹੜੇ ਲੋਕ ਨੇ ਕਿੱਥੋਂ ਆਉਂਦੇ ਨੇ, ਨਸ਼ਾ ਇਹਨਾਂ ਕੋਲ ਕਿੱਥੋਂ ਆਉਂਦਾ ਹੈ, ਅਤੇ ਤੁਹਾਡੇ ਸੰਪਰਕ ਇਹਨਾਂ ਨਾਲ ਕਿਸ ਤਰ੍ਹਾਂ ਹੋਏ ਨੇ। ਪਹਿਲਾਂ ਵੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਉਹ ਪੂਰਾ ਵੀਡੀਓ। ਸਤਿ ਸ਼੍ਰੀ ਅਕਾਲ ਵੀਰਿਓ, ਨੌਜਵਾਨ ਦੇ ਆਪਣੇ ਪੰਜਾਬ ਦੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਔਰ ਵੀਰਿਓ, ਇੱਥੇ ਅੱਜ ਮੈਂ ਸਭ ਤੋਂ ਖਾਸ ਜੋ ਤੁਹਾਡੇ ਨਾਲ ਵਿਚਾਰ ਸਾਂਝਾ ਕਰ ਰਿਹਾ ਹਾਂ ਕਿ ਅਸੀਂ ਇੱਕ 3-4 ਦਿਨ ਪਹਿਲਾਂ ਮੁਹਿੰਮ ਚਲਾਈ ਹੈ ਪੂਰੇ ਪੰਜਾਬ ਦੇ ਵਿੱਚ, ਜੋ ਅਸੀਂ ਇੱਦਾਂ ਦੇ ਬੋਰਡ ਲਗਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ, ਜੋ ਲੋਕ ਨਸ਼ੇ ਵੇਚ ਰਹੇ ਹਨ ਉਹਨਾਂ ਦੇ ਸਾਰੇ ਬੋਰਡਾਂ ਦੇ ਉੱਤੇ ਨਾਲ ਖਾ ਕੇ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਹਰ ਚੌਂਕ ਦੇ ਵਿੱਚ ਲਗਾਏ ਹਨ। ਔਰ ਜਿਵੇਂ ਕਿ ਬੋਰਡ ਇਹ ਸਾਹਮਣੇ ਅਸੀਂ ਲਗਾਇਆ ਹੋਇਆ ਹੈ, ਇਸ ਦੇ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਂਦਾ ਹਾਂ ਵੀਰਿਓ, ਕਿ ਜਿਵੇਂ ਇਸ ਵਿੱਚ ਅਸੀਂ 22 ਨੇਮ ਉਹਨਾਂ ਦੇ ਨਾਮ ਲਿਖੇ ਹੋਏ ਹਨ ਜੋ ਨਸ਼ੇ ਦੀ ਤਸਕਰੀ ਕਰਦੇ ਹਨ, ਜਿਵੇਂ ਅਮਨ ਵੇਰਕਾ ਮੇਨ ਸਮਗਲਰ ਹੈ ਅੰਮ੍ਰਿਤਸਰ ਦਾ, ਸੇਰਾ, ਸੇਖੜੀਆ ਮੁਹੱਲਾ, ਚਿੰਟੂ, ਐਵੇਂ ਰਿੰਕਾ, ਸਾਰੇ ਹੀ ਨਸ਼ਾ ਵੇਚਣ ਵਾਲੇ 22 ਨੇਮ ਅਸੀਂ ਬੋਰਡਸ ਪਾ ਕੇ ਅਤੇ ਜ਼ਿਲ੍ਹੇ ਦੇ ਹਰ ਕਸਬੇ ਦੇ ਵਿੱਚ ਲਾਏ ਹਨ। ਜਿਵੇਂ ਕਿ ਇੱਥੋਂ ਤੱਕ ਕਿ ਗੁਰਦਾਸਪੁਰ ਜੇਲ੍ਹ ਦੇ ਵਿੱਚ ਵੀ ਜੋ ਸਮੈਕ ਵਿਕ ਰਹੀ ਹੈ, ਜੋ ਲੋਕ ਵੇਚ ਰਹੇ ਹਨ ਉਹਨਾਂ ਦੇ ਨਾਮ ਵੀ ਅਸੀਂ 22 ਨੇ ਬੈਰਕਾਂ ਲਿਖਾ ਕੇ, ਜਿਵੇਂ ਕਿ ਪਮਨ ਪੁੱਤਰ ਖੇਤਰੀ ਬੈਰਕ ਨੰਬਰ 6, ਜਗਰੂਪ ਬੈਰਕ ਨੰਬਰ 4, ਬੱਲੀ, ਐਵੇਂ ਸਾਰਿਆਂ 'ਤੇ ਹੀ ਅਸੀਂ ਮਤਲਬ ਇਹਨਾਂ ਦਾ ਇਹਨਾਂ ਨੂੰ ਉਜਾਗਰ ਕੀਤਾ ਹੈ। ਜਿਵੇਂ ਸਿਵਲ ਹੌਸਪੀਟਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਸਰਕਾਰ ਨੇ ਖੋਲ੍ਹੇ ਹਨ, ਪਰ ਉੱਥੇ ਵੀ 1200 ਰੁਪਏ ਦੀ ਬਲੈਕ ਦੇ ਵਿੱਚ ਉਹ ਗੋਲੀਆਂ ਵਿਕਦੀਆਂ ਹਨ ਜਿਹੜੀਆਂ ਨਸ਼ਾ ਛਡਾਉਣ ਲਈ ਸਰਕਾਰ ਨੇ ਸਿਵਲ ਹੌਸਪੀਟਲਾਂ ਨੂੰ ਸਪਲਾਈ ਕਰਦੀ ਹੈ। ਸੋ ਇੱਥੇ ਵੀਰਿਓ, ਮੈਂ ਸਭ ਤੋਂ ਖਾਸ ਗੱਲ ਜੋ ਤੁਹਾਡੇ ਨਾਲ ਇੱਥੇ ਕਰਨੀ ਚਾਹੁੰਦਾ ਹਾਂ ਕਿ ਅਸੀਂ ਆਓ ਸਾਰੇ ਹੀ ਨੌਜਵਾਨ ਵੀਰ ਰਲ ਕੇ ਆਪਾਂ ਇੱਦਾਂ ਦੇ ਉਪਰਾਲੇ ਕਰੀਏ, ਕਿਉਂਕਿ ਅੱਜ ਪੰਜਾਬ ਨੂੰ ਸਭ ਤੋਂ ਵੱਧ ਲੋੜ ਹੈ, ਅਗਰ ਲੋੜ ਹੈ ਤਾਂ ਉਹ ਇਹੀ ਹੈ ਕਿ ਅਸੀਂ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਾਈਏ। ਕਿਉਂਕਿ ਵੀਰਿਓ, ਇੱਥੇ ਮੈਂ ਆਪਣੇ ਜਜ਼ਬਾਤੀ ਹੋ ਕੇ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਦਾ ਹਾਂ ਕਿ ਕਿਸੇ ਟਾਈਮ ਪੰਜਾਬ
ਜੋ ਉੱਥੋਂ ਦੇ ਨੌਜਵਾਨ, ਸਾਡੇ ਪੰਜਾਬ ਦੇ ਨੌਜਵਾਨ ਗੱਭਰੂ ਜੋ ਫੌਜ ਦੇ ਵਿੱਚ, ਆਰਮੀ ਦੇ ਵਿੱਚ, ਖੇਡਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਨਾਮ ਕਮਾਇਆ ਹੈ, ਔਰ ਪੁਰਾਣੇ ਇਤਿਹਾਸ ਵੱਲ ਅਸੀਂ ਝਾਟੀ ਮਾਰੀਏ ਅਤੇ ਕਈ ਮਹਾਨ ਕੁਰਬਾਨੀਆਂ, ਮਹਾਨ ਸ਼ਹੀਦੀਆਂ, ਮਹਾਨ ਇੱਥੋਂ ਤੱਕ ਕਿ ਲਾਹੌਰ ਵਾਲਾ ਕਿਲ੍ਹਾ ਕਦੇ ਸਾਡਾ ਅਖਵਾਉਂਦਾ ਸੀ ਪੰਜਾਬ ਦਾ, ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਪੂਰੇ ਏਸ਼ੀਆ ਦੇ ਵਿੱਚ ਰਾਜ ਕੀਤਾ। ਔਰ ਅੱਜ ਸਭ ਤੋਂ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਅੱਜ ਅਸੀਂ ਪੰਜਾਬ ਸਾਡਾ ਨਸ਼ਿਆਂ ਦੀ ਮੰਡੀ ਦੇ ਨਾਲ ਮਸ਼ਹੂਰ ਹੈ। ਪੰਜਾਬ ਦੀ ਨੌਜਵਾਨ ਜੋ ਜਨਰੇਸ਼ਨ ਹੈ ਉਹ ਨਸ਼ਿਆਂ ਦੇ ਵਿੱਚ ਜ਼ਿੰਦਗੀਆਂ ਆਪਣੀਆਂ ਨੂੰ ਗ੍ਰਸਤ ਕਰ ਰਹੀ ਹੈ। ਔਰ ਸੋ ਵੀਰਿਓ, ਆਓ ਸਾਰੇ ਰਲ ਕੇ ਜਿਵੇਂ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਬੋਰਡ ਲਗਾਏ ਹਨ, ਇਵੇਂ ਅਸੀਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇਵੇਂ ਹੀ ਅਸੀਂ ਬੋਰਡ ਲਗਾਈਏ। ਔਰ ਇਸ ਤੋਂ ਬਾਅਦ ਅਸੀਂ ਡੇਰਾ ਬਾਬਾ ਨਾਨਕ ਜੋ ਬਾਰਡਰ ਏਰੀਆ ਹੈ ਕਪੂਰਥਲਾ ਅੰਮ੍ਰਿਤਸਰ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਵੇਂ ਬੋਰਡ ਲਗਾਵਾਂਗੇ। ਸੋ ਵੀਰਿਓ, ਆਓ, ਸਾਨੂੰ ਤੁਹਾਡੇ ਸਾਥ ਦੀ ਲੋੜ ਹੈ। ਖਾਸ ਕਰ ਨੌਜਵਾਨ ਵੀਰਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸਾਡੇ ਨਾਲ ਚਲੋ, ਹਰ ਸ਼ਹਿਰ ਦੇ ਵਿੱਚ ਲਾਮਬੰਦ ਹੋਵੋ, ਇਕਜੁੱਟ ਹੋਵੋ, ਇੱਕ ਮੈਜੋਰਿਟੀ 'ਚ ਇਕੱਠੇ ਹੋਵੋ। ਔਰ ਅਸੀਂ ਆ ਰਹੇ ਹਾਂ ਤੁਹਾਡਿਆਂ ਸ਼ਹਿਰਾਂ ਦੇ ਵਿੱਚ ਵਾਰੀ ਵਾਰੀ ਆ ਰਹੇ ਹਾਂ, ਔਰ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ। ਔਰ ਇਵੇਂ ਹੀ ਅਸੀਂ ਬੋਰਡ ਲਗਾ ਕੇ ਜਿੰਨੇ ਪੰਜਾਬ ਦੇ ਵਿੱਚ ਨਸ਼ਾ ਲੋਕ ਵੇਚ ਰਹੇ ਹਨ ਉਹਨਾਂ ਦੇ ਨਾਮ ਉਜਾਗਰ ਕਰਾਂਗੇ। ਅਗਰ ਫਿਰ ਵੀ ਸਰਕਾਰ ਨੇ ਸਾਡਾ ਸਾਥ ਨਾ ਦਿੱਤਾ ਅਤੇ ਪੰਜਾਬ ਦੀ ਪਾਰਲੀਮੈਂਟ ਦੇ ਸਾਹਮਣੇ ਬੋਰਡ ਲਗਾਵਾਂਗੇ ਜਾ ਕੇ ਨਸ਼ੇ ਵੇਚਣ ਵਾਲਿਆਂ ਦੇ। ਸੋ ਇਸ ਦੇ ਨਾਲ ਹੀ ਮੈਂ ਅਖੀਰ ਇਹੀ ਕਹਿਣੀ ਚਾਹੁੰਦਾ ਹਾਂ ਕਿ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਬੱਚੇ ਗਵਾਏ ਹਨ, ਉਹ ਭੈਣਾਂ ਜਿਨ੍ਹਾਂ ਦੇ ਭਰਾ ਨਸ਼ਿਆਂ 'ਚ ਗ੍ਰਸਤ ਹੋਏ ਹਨ, ਬਰਬਾਦ ਹੋਏ ਹਨ, ਅਤੇ ਉਹ ਔਰਤਾਂ ਜਿਨ੍ਹਾਂ ਦੇ ਪਤੀ, ਉਹ ਪਤਨੀਆਂ ਜਿਨ੍ਹਾਂ ਦੇ ਸਿਰਾਂ ਦੇ ਮਹਿਤਾਜ ਜੋ ਨਸ਼ੇ ਖਾ ਖਾ ਕੇ, ਅਜੇ ਕੁਝ ਔਰਤਾਂ ਸਾਡੇ ਕੋਲ ਇਵੇਂ ਦੀਆਂ ਆਉਂਦੀਆਂ ਜਿਨ੍ਹਾਂ 'ਚ ਚੂੜੇ ਵੀ ਨਹੀਂ ਲਾਏ ਔਰ ਉਹਨਾਂ ਦੇ ਤਲਾਕ ਹੋ ਜਾਂਦੇ ਹਨ ਨਸ਼ਿਆਂ ਦੇ ਕਾਰਨ। ਸੋ ਵੀਰਿਓ, ਆਓ ਇਸ ਜ਼ਹਿਰ ਨੂੰ, ਇਸ ਕੋਹੜ ਨੂੰ ਅਸੀਂ ਪੰਜਾਬ ਦੇ ਵਿੱਚੋਂ ਕੱਢੀਏ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ। ਸੋ ਇਸ ਦੇ ਨਾਲ ਹੀ ਮੈਂ ਅਖੀਰ ਆਪਣੇ ਜਜ਼ਬਾਤਾਂ ਨਾਲ ਭਰੇ ਹੋਏ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ। ਵੱਡਾ ਨਿੱਕਾ ਘੱਲੂਘਾਰਾ ਫਿਰ 1947, ਵੱਡਾ ਨਿੱਕਾ ਘੱਲੂਘਾਰਾ ਫਿਰ 1947, ਫਿਰ ਕਤਲੇਆਮ 84 ਦਾ ਅਤੇ ਹੁਣ ਨਸ਼ਿਆਂ ਦੀ ਵਾਰੀ। ਲੱਗਦਾ ਮੇਰੇ ਪੰਜਾਬ ਦੀ ਤਕਦੀਰ ਹੀ ਲਿਖਤੀ ਮਾੜੀ, ਲੱਗਦਾ ਮੇਰੇ ਪੰਜਾਬ ਦੀ ਤਕਦੀਰ ਹੀ ਲਿਖਤੀ ਮਾੜੀ, ਪਰ ਹੁਣ ਇਸ ਤਕਦੀਰ ਨੂੰ ਬਦਲਣਾ ਹੈ, ਇਸ ਤਕਦੀਰ ਨੂੰ ਅਸੀਂ ਬਿਲਕੁਲ ਬਦਲ ਦੇਣਾ ਹੈ, ਪਰ ਅਗਰ ਤੁਸੀਂ ਸਾਰੇ ਹੀ ਨੌਜਵਾਨ ਵੀਰਾਂ ਦਾ ਸਾਨੂੰ ਸਾਥ ਹੋਏਗਾ। ਸੋ ਇਸਦੇ ਨਾਲ ਹੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਔਰ ਆਓ ਵੀਰਿਓ ਸਾਰੇ ਸਾਡੇ ਨਾਲ ਰਲੋ, ਔਰ ਮੈਂ ਸਭ ਦਾ ਭਲਾ ਹਿਊਮੈਨਿਟੀ ਕਲੱਬ ਔਰ ਆਪਣੀ ਜੋ ਨਸ਼ਿਆਂ ਦੇ ਬਰਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਸਦੇ ਜਿੰਨੇ ਹੀ ਮੈਂਬਰ ਹੈ ਉਹ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ। ਸੋ ਇਸਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਦੋਸਤੋ, ਇਸ ਵੀਡੀਓ ਦੇ ਵਿੱਚ ਜੋ ਪਰਸਨੈਲਿਟੀ ਸਾਨੂੰ ਨਜ਼ਰ ਆ ਰਹੀ ਹੈ ਨਵਤੇਜ ਸਿੰਘ ਜੀ ਗੱਗੂ ਜੀ ਦੀ, ਉਹ ਸਾਡੇ ਨਾਲ ਮਤਲਬ ਇਹ ਪੰਜਾਬੀ ਨਾਲ ਜੁੜ ਚੁੱਕੇ ਨੇ, ਈਵਨ ਪੰਜਾਬੀ ਨਾਲ ਖਾਸ ਮੁਲਾਕਾਤ ਵਿੱਚ। ਨਵਤੇਜ ਜੀ, ਤੁਹਾਡਾ ਸਵਾਗਤ ਹੈ। ਹਾਂਜੀ ਹਾਂਜੀ ਭਾਜੀ, ਬਹੁਤ ਤੁਹਾਡਾ ਧੰਨਵਾਦ ਜੀ। ਗੱਗੂ ਜੀ, ਬਹੁਤ ਵੱਡਾ ਖੁਲਾਸਾ ਕੀਤਾ ਹੈ ਤੁਸੀਂ, ਬਹੁਤ ਵੱਡਾ ਖੁਲਾਸਾ, ਔਰ ਸਭ ਤੋਂ ਪਹਿਲਾਂ ਇਸ ਐਡਾ ਵੱਡਾ ਖੁਲਾਸਾ ਕਰਨ ਦੀ ਤੁਹਾਨੂੰ ਮੁਬਾਰਕਬਾਦ ਦੇਣੀ ਬਣਦੀ ਹੈ। ਹਾਂਜੀ ਠੀਕ ਹੈ ਜੀ ਭਾਜੀ, ਬਹੁਤ ਧੰਨਵਾਦ ਤੁਹਾਡਾ, ਈਵਨ ਚੈਨਲ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਲੋਕਾਂ ਦੇ ਰੂਬਰੂ ਮੈਨੂੰ ਕਰਵਾਇਆ। ਔਰ ਨਵਤੇਜ ਜੀ, ਮੇਰਾ ਪਹਿਲਾ ਪ੍ਰਸ਼ਨ ਇਹ ਹੈ ਕਿ ਲੋਕ ਮਤਲਬ ਸਭ ਕੁਛ ਲਿਖਣ ਦੇ ਬਾਵਜੂਦ ਵੀ ਤੁਹਾਡੇ ਨਾਲ, ਸਾਡੇ ਤੋਂ ਇਲਾਵਾ ਹੋਰ ਵੀ ਕਿਸੇ ਨੇ ਸੰਪਰਕ ਕੀਤਾ? ਹਾਂਜੀ, ਜਿਹੜੀ ਆਵਾਮ ਆ ਭਾਜੀ, ਇਹ ਤਾਂ ਲੋਕਾਂ ਦੇ ਵਿੱਚ ਤਾਂ ਬੜੇ ਲੋਕ ਉਤਸ਼ਾਹਿਤ ਨੇ ਇਸ ਖ਼ਬਰ ਨੂੰ ਲੈ ਕੇ। ਸੋਸ਼ਲ ਮੀਡੀਆ ਤੇ ਖਾਸ ਕਰ ਲੋਕ ਬਹੁਤ ਸ਼ੇਅਰ ਕਰ ਰਹੇ ਨੇ ਇਸ ਚੀਜ਼ ਨੂੰ। ਬਾਕੀ ਜਿਹੜਾ ਸਰਕਾਰੀ ਤੰਤਰ ਹੈ ਜਾਂ ਸਰਕਾਰੀ ਸਿਸਟਮ ਹੈ, ਉਹਨਾਂ ਦਾ ਕੋਈ ਸਾਨੂੰ ਜ਼ਿਆਦਾ ਸਹਿਯੋਗ ਨਹੀਂ ਮਿਲ ਰਿਹਾ। ਹਾਂਜੀ, ਅੱਛਾ, ਕਾਰਨ ਕੀ ਹੈ ਕਿ ਸਭ ਕੁਛ ਲਿਖਿਆ, ਮੋਬਾਈਲ ਨੰਬਰ ਲਿਖੇ, ਐਡਰੈਸ ਲਿਖੇ, ਨਾਮ ਲਿਖੇ, ਲੇਕਿਨ ਪੁਲਿਸ ਵੱਲੋਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
ਹਾਂ ਜੀ ਦੇਖੋ ਜੀ, ਦੇਖੋ ਭਾਜੀ, ਅਸੀਂ ਤਾਂ ਗਰਾਊਂਡ ਲੈਵਲ ਤੇ 2 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਜਾਂ ਮਤਲਬ ਜੋ ਵੀ ਉਹਨਾਂ ਦੇ ਮੋਬਾਈਲ ਨੰਬਰ, ਉਹਨਾਂ ਦੇ ਘਰਾਂ ਦੇ ਐਡਰੈਸ, 2 ਸਾਲ ਹੋ ਗਏ ਨੇ ਸਾਨੂੰ ਇਹ ਮੁਹਿੰਮ ਚਲਾਈ ਨੂੰ ਜੀ। ਔਰ ਜਿਹੜਾ ਅਸੀਂ ਹੁਣ ਤੱਕ ਇੱਕੋ ਹੀ ਚੀਜ਼ ਸਾਡੇ ਸਾਹਮਣੇ ਆਈ ਹੈ, ਜੋ ਸਾਡਾ ਆਪਣਾ ਜਿਹੜਾ ਐਕਸਪੈਰੀਮੈਂਟ ਇਹ ਹੋਇਆ ਕਿ ਜਿਹੜੀਆਂ ਸਰਕਾਰਾਂ ਨੇ ਜਾਂ ਪੁਲਿਸ ਪ੍ਰਸ਼ਾਸਨ ਆ, ਇਹਨਾਂ ਦੇ ਅੰਦਰ ਜਿਵੇਂ ਕਿ ਪੂਰੀ ਤਰ੍ਹਾਂ ਗੰਭੀਰ ਨਹੀਂ ਹੈਗੀ ਜੀ। ਇਸ ਪੰਜਾਬ ਦੇ ਜਿਹੜੇ ਹਾਲਾਤ ਹਨ, ਇਹਨਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਨਹੀਂ ਹੈਗੀ। ਪੋਲੀਟੀਕਲ ਲੀਡਰਾਂ ਦਾ ਜਿਹੜਾ ਸਿਰਫ ਵੋਟਾਂ ਨਾਲ ਮਤਲਬ ਹੁੰਦਾ, ਲੋਕਾਂ ਦੀਆਂ ਵੋਟਾਂ ਲੈਣੀਆਂ ਔਰ ਉਸ ਤੋਂ ਬਾਅਦ ਆਪਣੀਆਂ ਆਪਣੀਆਂ ਕੁਰਸੀਆਂ ਦਾ ਮਤਲਬ ਆ, ਇਹਨਾਂ ਨੂੰ ਪਾਵਰਾਂ ਦਾ ਮਤਲਬ ਆ। ਜਿਹੜੀ ਪੁਲਿਸ ਆ ਉਹ ਸਿਰਫ ਕਰਪਸ਼ਨ ਦੇ ਵਿੱਚ ਪੂਰੀ ਤਰ੍ਹਾਂ, ਬਿਲਕੁਲ ਬਿਲਕੁਲ ਗੱਗੂ ਜੀ, ਇਹ ਪੁਲਿਸ ਜਿਹੜੀ ਹੈ ਉਹ ਕਰਪਸ਼ਨ ਦਾ ਹਿੱਸਾ ਹੈ ਤੁਸੀਂ ਕਹਿ ਰਹੇ ਹੋ, ਪਰ ਜਿਹੜੇ ਨਾਮ ਤੁਸੀਂ ਲਿਖੇ ਹੈ ਨਵਤੇਜ ਜੀ, ਇਹਨਾਂ ਦੇ ਕੋਈ ਸਬੂਤ ਵੀ ਹੈ ਤੁਹਾਡੇ ਕੋਲ? ਹਾਂਜੀ ਬਿਲਕੁਲ, ਸਾਡੀ ਜਿਹੜੀ ਟੀਮ ਆ ਉਹ ਅਸੀਂ ਪ੍ਰੋਪਰ ਸਬੂਤਾਂ ਦੇ ਨਾਲ ਹੀ ਸਾਰਾ ਵਰਕ ਕਰਦੇ ਹਾਂ। ਪਹਿਲਾਂ ਇਹਨਾਂ ਨਾਲ ਗੱਲ ਕੀਤੀ ਜਾਂਦੀ ਹੈ, ਫਿਰ ਇਹਨਾਂ ਨੂੰ ਅਸੀਂ ਕਿਹਾ ਜਾਂਦਾ ਕਿ ਸਾਨੂੰ ਚਾਹੀਦਾ ਵਾ ਕੁੜੀਆਂ ਜਾਂ ਸਵੈਕ ਚਿੱਟਾ, ਸਾਨੂੰ ਲੋੜ ਹੈ ਇਸ ਚੀਜ਼ ਦੀ, ਫਿਰ ਉਹ ਬੰਦੇ ਲੱਭੇ ਜਾਂਦੇ ਨੇ ਆਪਣੇ ਹੀ ਜੋ ਏਜੰਟ ਤਿਆਰ ਕਰਦੇ ਆ, ਸਾਡੇ ਏਜੰਟ ਇਹਨਾਂ ਕੋਲ ਜਾ ਕੇ ਫਿਰ ਇਹਨਾਂ ਨਾਲ ਸੌਦੇਬਾਜ਼ੀ ਕਰਦੇ ਨੇ, ਬਕਾਇਦਾ ਉਹਨਾਂ ਦੀਆਂ ਰਿਕਾਰਡਿੰਗ ਕਰੀਦੀਆਂ ਨੇ ਫੋਨ ਦੀਆਂ, ਔਰ ਉਸ ਤੋਂ ਬਾਅਦ ਅਸੀਂ ਇਹ ਨਾਂ ਜਿਹੜੇ ਡਿਸਕਲੋਜ਼ ਕਰਦੇ ਹਾਂ ਆਪਣੇ ਹੋਲਡਿੰਗ 'ਤੇ। ਅੱਛਾ, ਹੋਰਡਿੰਗ ਜਿਹੜੇ ਆ ਗੁਰਦਾਸਪੁਰ ਇਲਾਕੇ 'ਚ ਹੀ ਲਗਾਏ ਨੇ ਜਾਂ ਪੂਰੇ ਪੰਜਾਬ ਵਿੱਚ ਲਗਾਉਣ ਦਾ ਮਤਲਬ ਪਲਾਨ ਹੈ ਤੁਹਾਡਾ? ਦੇਖੋ ਅਸੀਂ ਪਹਿਲਾਂ ਬਟਾਲਾ ਵਿੱਚ ਲਗਾਏ ਸੀ, ਫਿਰ ਗੁਰਦਾਸਪੁਰ ਲਗਾਏ ਸਨ, ਅਤੇ ਹੁਣ ਅਸੀਂ ਅੰਮ੍ਰਿਤਸਰ ਵਿੱਚ ਲਗਾਏ। ਅੱਛਾ, ਜਿਹੜੇ ਮਤਲਬ ਨੰਬਰ ਤੁਸੀਂ ਲਿਖੇ ਆ, ਇਹ ਜਿਹਨਾਂ ਜਿਹਨਾਂ ਲੋਕਾਂ ਦੇ ਨਾਮ ਲਿਖੇ ਆ ਨਵਤੇਜ ਜੀ, ਇਹਨਾਂ ਦਾ ਸੰਪਰਕ ਹੋਇਆ ਤੁਹਾਡਾ ਜਾਂ ਇਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਕਿ ਯਾਰ ਤੁਸੀਂ ਸਾਡੇ ਨਾਮ ਬੋਰਡ ਦੇ ਉੱਪਰ ਕਿਉਂ ਲਿਖੇ ਹੋਏ ਆ, ਅਸੀਂ ਤਾਂ ਇਹੋ ਜਿਹਾ ਕੁਛ ਕਰ ਹੀ ਨਹੀਂ ਰਹੇ? ਦੇਖੋ ਇਹਦੇ 'ਚ ਕੁਝ ਲੋਕਾਂ ਨੇ ਸਾਨੂੰ ਕਾਲ ਕੀਤੀਆਂ ਨੇ, ਕੁਝ ਲੋਕਾਂ ਨੇ ਸਾਨੂੰ ਕੁਝ ਦੇਖੋ ਜਿਹਦਾ ਅਸੀਂ ਨਾਮ ਲਿਖ ਦਿੰਦੇ ਹਾਂ ਬੋਰਡ 'ਤੇ, ਅਤੇ ਹਰ ਇੱਕ ਬੰਦਾ ਨਾਰਾਜ਼ਗੀ ਵੀ ਜਤਾਉਂਦਾ ਆਪਣੀ, ਔਰ ਕਿਤੇ ਨਾ ਕਿਤੇ ਸਾਡੀ ਸਿੱਧੀ ਤੋਂ ਸਿੱਧੀ ਉਹਦੇ ਨਾਲ ਟਕਰਾਅ ਵੀ ਵਾਲੀ ਸਥਿਤੀ ਵੀ ਬਣ ਜਾਂਦੀ ਹੈ ਉਹਨਾਂ ਨਾਲ ਜੀ। ਔਰ ਦੂਸਰੇ ਬੰਦੇ ਕੁਝ ਲੋਕ ਇੱਦਾਂ ਦੇ ਵੀ ਨੇ ਜਿਹੜੇ ਸਾਨੂੰ ਆ ਕੇ ਘਰ ਮਿਲਦੇ ਨੇ ਕਿ ਭਾਜੀ ਅੱਗੇ ਤੋਂ ਅਸੀਂ ਨਹੀਂ ਇਹ ਕੰਮ ਕਰਾਂਗੇ, ਫਿਰ ਅਸੀਂ ਉਹਨਾਂ ਕੋਲ ਲਿਖਾ ਲੈਂਦੇ ਹਾਂ ਕਿ ਤੁਸੀਂ ਲਿਖੋ, ਉੱਥੇ ਸਾਈਨ ਕਰਕੇ ਜਾਂਦੇ ਨੇ ਉਹਨਾਂ ਦੇ ਪੇਰੈਂਟਸ, ਸਾਈਨ ਕਰਕੇ ਜਾਂਦੇ ਨੇ ਕਿ ਸਾਡਾ ਬੱਚਾ ਅੱਗੇ ਤੋਂ ਨਹੀਂ ਇਹ ਕੰਮ ਕਰੇਗਾ। ਔਰ ਰਹੀ ਗੱਲ ਜਿਹੜੀ, ਦੇਖੋ ਅਸੀਂ ਤਾਂ ਇਹ ਮੈਂ ਇਹ ਮੈਸੇਜ ਦਿੰਦਾ ਪੰਜਾਬ ਪੁਲਿਸ ਨੂੰ ਜਾਂ ਆਪਣੀਆਂ ਸਰਕਾਰਾਂ ਨੂੰ ਵੀ ਕਿ ਜੇਕਰ ਅਸੀਂ ਇੱਕ ਮੈਂ ਇੱਕ ਆਮ, ਨਾ ਮੇਰੇ ਕੋਲ ਕੋਈ ਪਾਵਰ ਆ, ਨਾ ਕੋਈ ਮੈਂ ਸਰਕਾਰੀ ਮੇਰੇ ਕੋਲ ਕੋਈ ਫੈਸਿਲਿਟੀ ਆ, ਨਾ ਕੋਈ ਏਡੀਆਂ ਵੱਡੀਆਂ ਪਾਵਰਸ ਨੇ, ਜੇਕਰ ਮੈਂ ਆਪਣੇ ਘਰ 'ਚ ਬੈਠਾ ਪੰਜਾਬ ਲੈਵਲ 'ਤੇ ਇਹ ਕੰਮ ਕਰ ਸਕਦਾ ਹਾਂ, ਔਰ ਲੋਕ ਇਸ ਟਾਈਮ ਮੈਨੂੰ ਸਵੇਰ ਦੀ 1000 ਕਾਲ ਆ ਚੁੱਕੀ ਹੈ, ਬਿਲਕੁਲ ਆਈ ਹੋਈ ਜੀ, ਬਿਲਕੁਲ ਪੂਰੀ ਪੂਰੀ ਦੀ ਪੂਰੀ ਮੇਰੀ ਡਾਇਰੀ ਜਿਹੜੀ ਆ ਭਰ ਚੁੱਕੀ ਹੈ ਟੱਕਰਾਂ ਦੇ ਨਾਵਾਂ ਨਾਲ। ਲੋਕ ਆਪਣੇ ਆਪਣੇ ਪਿੰਡਾਂ 'ਚ ਫੋਨ ਕਰਦੇ ਨੇ, ਉਹ ਭੈਣਾਂ ਫੋਨ ਕਰਦੀਆਂ ਨੇ ਜਿਨ੍ਹਾਂ ਦੇ ਭਰਾ ਨਸ਼ਈ ਹੋ ਚੁੱਕੇ ਨੇ, ਉਹ ਮਾਵਾਂ ਕਾਲ ਕਰਦੀਆਂ ਨੇ, ਪਰਿਵਾਰ ਨਸ਼ਿਆਂ ਵਿੱਚ ਡੁੱਬੇ ਹੋਏ ਨੇ ਜਾਂ ਜਿਨ੍ਹਾਂ ਦੇ ਭੈਣਾਂ ਦੇ ਵੀਰ ਮਾਵਾਂ ਦੇ ਪੁੱਤ ਇਸ ਮਤਲਬ ਨਸ਼ਿਆਂ ਦੀ ਦਲਦਲ ਵਿੱਚ ਧੱਸੇ ਹੋਏ ਨੇ। ਮੇਰਾ ਅਗਲਾ ਪ੍ਰਸ਼ਨ ਇਹ ਹੈ ਕਿ ਕੁਛ ਬੈਰਕਾਂ ਦਾ ਜ਼ਿਕਰ ਕੀਤਾ ਹੈ, ਕੁਛ ਬੈਰਕਾਂ ਦਾ ਬੈਰਕ ਨੰਬਰ ਆ ਔਰ ਜੇਲ੍ਹਾਂ ਦਾ ਜ਼ਿਕਰ ਕੀਤਾ ਹੈ, ਇਹ ਮਤਲਬ ਇਹ ਸਾਰਾ ਕੁਛ ਕਿਵੇਂ ਪਤਾ ਲੱਗਾ ਤੁਹਾਨੂੰ? ਦੇਖੋ ਇਹ ਜਿਵੇਂ ਜਿਹੜੇ ਲੋਕ ਜੇਲ੍ਹਾਂ 'ਚ, ਇਹ
ਜਿਹੜੀ ਜਾਣਕਾਰੀ ਹੈ ਇਹ ਹੀ ਬੜੇ ਹੀ ਵੱਡੇ ਲੈਵਲ ਤੇ ਇਕੱਠੀ ਕੀਤੀ ਹੈ ਔਰ ਇਹਦੇ ਵਾਸਤੇ ਸਾਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਜਿਵੇਂ ਉਹਨਾਂ ਦੀ ਮਦਦ ਵੀ ਸਾਨੂੰ ਜੇਲ੍ਹਾਂ 'ਚ ਕਰਨੀ ਪੈਂਦੀ, ਜਿਵੇਂ ਜੇਲ੍ਹਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਸਾਡੇ ਕੋਲ ਅਸੀਂ ਉਹਨਾਂ ਨਾਲ ਸੰਪਰਕ ਕਰਦੇ ਹਾਂ ਜਿਹਨਾਂ ਦੇ ਬੱਚੇ ਨੇ ਜੇਲ੍ਹਾਂ 'ਚ, ਫਿਰ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਸਾਨੂੰ ਅੰਦਰੋਂ ਅਸੀਂ ਉਹਨਾਂ ਨਾਲ ਸਾਡੇ ਜਿਹੜੇ ਏਜੰਟ ਨੇ ਉਹ ਉਹਨਾਂ ਨੂੰ ਮਿਲਦੇ ਨੇ, ਫਿਰ ਅਸੀਂ ਉਹਨਾਂ ਨੂੰ ਜਦੋਂ ਉਹਨਾਂ ਦੀਆਂ ਬਾਹਰ ਤਰੀਕਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮਿਲ ਕੇ ਆਉਂਦੇ ਹਾਂ ਵੀ ਅੰਦਰ ਦਾ ਕੀ ਮਾਹੌਲ ਆ। ਕੁਝ ਜਿਹਨਾਂ ਦੇ ਜਿਹੜੇ ਮੁਲਾਜ਼ਮ ਨੇ ਅੰਦਰ, ਉਹ ਮੁਲਾਜ਼ਮਾਂ ਨੂੰ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਨਾਲ ਸੈਟਿੰਗ ਕਰਦੇ ਹਾਂ ਆਪਣੇ ਤੌਰ 'ਤੇ, ਉਹਨਾਂ ਨੂੰ ਕੁਝ ਲਾਲਚ ਵਗੈਰਾ ਦਿੰਦੇ ਹਾਂ ਔਰ ਫਿਰ ਉਹ ਸਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਜੇਲ੍ਹ ਦੀ ਅੰਦਰ ਦੀ ਇਨਫੋਰਮੇਸ਼ਨ ਆ ਉਹ ਸਾਨੂੰ ਮਿਲਦੀ ਹੈ। ਮਤਲਬ ਇਹ ਬੜੇ ਵੱਡੇ ਲੈਵਲ 'ਤੇ ਜਿਹੜਾ ਇਹਨੂੰ ਸਾਡੀ ਟੀਮ ਜਿਹੜੀ ਆ ਵਰਕ ਕਰਦੀ ਹੈ। ਫਿਰ ਸਾਨੂੰ ਇਹ ਪਤਾ ਲੱਗਦਾ ਕਿ ਕਿਹੜੀ ਬੈਰਕ ਦੇ ਵਿੱਚ ਕਿਹੜਾ ਬੰਦਾ ਨਸ਼ਾ ਵੇਚ ਰਿਹਾ। ਫਿਰ ਖਾਸ ਕਰ ਜਿਹਨਾਂ ਦੇ ਬੱਚੇ ਨੇ ਜੇਲ੍ਹ ਦਾ ਨਸ਼ੇ ਕਰਦੇ ਨੇ ਉਹ ਪੇਰੈਂਟਸ, ਹੁਣ ਦੇਖੋ ਮੈਨੂੰ ਫੋਨ ਆਇਆ ਫਰੀਦਕੋਟ ਤੋਂ, ਹੁਣ ਉਹ ਲੇਡੀਜ਼ ਕਹਿ ਰਹੀ ਕਿ ਮੇਰਾ ਬੱਚਾ ਜੇਲ੍ਹ ਦੇ ਵਿੱਚ ਔਰ ਜੇਲ੍ਹ 'ਚ ਵੀ ਨਸ਼ੇ ਖਾ ਰਿਹਾ। ਫਿਰ ਅਸੀਂ ਉਹ ਲੇਡੀਜ਼ ਨੂੰ ਕਹਿੰਦੇ ਕਿ ਤੁਸੀਂ ਆਪਣੇ ਬੱਚੇ ਨੂੰ ਜਦੋਂ ਉਹਦੀ ਬਾਹਰ ਤਰੀਕ ਹੋਏਗੀ ਸਾਨੂੰ ਦੱਸਿਓ। ਫਿਰ ਅਸੀਂ ਉਹਨੂੰ ਮਿਲਣ ਜਾਂਦੇ ਹਾਂ, ਫਿਰ ਅਸੀਂ ਉਹਨੂੰ ਬੜੇ ਪਿਆਰ ਨਾਲ ਉਹਦੇ ਨਾਲ ਗੱਲ ਕਰਦੇ ਹਾਂ ਕਿ ਤੁਹਾਨੂੰ ਕੌਣ ਇੱਦਾਂ ਕਰ ਰਹੇ, ਤੁਹਾਡੀ ਜ਼ਮਾਨਤ ਕਰਾਵਾਂਗੇ, ਤੁਹਾਡਾ ਵਕੀਲ ਕਰਾਵਾਂਗੇ, ਤੁਹਾਨੂੰ ਅਸੀਂ ਪੂਰੀ ਤੁਹਾਡੀ ਕਾਨੂੰਨੀ ਲੜਾਈ ਫ੍ਰੀ ਲੜਾਂਗੇ, ਤੁਸੀਂ ਅੰਦਰ ਦੀ ਜਾਣਕਾਰੀ ਦਿਓ ਔਰ ਇਹ ਤੁਹਾਡੇ ਫਾਇਦੇ ਵਾਸਤੇ ਵੀ ਆ। ਮੁਬਾਰਕਬਾਦ ਦੇ ਪਾਤਰ ਉਸ ਅਕਾਲ ਪੁਰਖ ਨੇ ਤੁਹਾਡੀ ਡਿਊਟੀ ਲਾਈ ਹੈ, ਲੇਕਿਨ ਨਵਤੇਜ ਜੀ ਇਸ ਸੰਬੰਧ ਵਿੱਚ ਵੀ ਜੇਲ੍ਹਾਂ ਵਿੱਚ ਕੀ ਹੋ ਰਿਹਾ, ਕਿਸ ਤਰ੍ਹਾਂ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ, ਇਸ ਨੂੰ ਲੈ ਕੇ ਕਦੇ DGP ਸਾਹਿਬ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਦੇਖੋ ਜਿਹੜੀ ਮੈਂ ਪਹਿਲਾਂ ਉਹ ਗੱਲ ਸਪਸ਼ਟ ਕਰਾਂਗਾ, ਜਿਹੜੀ ਇਨਵੈਸਟੀਗੇਸ਼ਨ ਆ ਇਹ ਤਾਂ ਦੇਖੋ ਮੇਰੇ ਖਿਆਲ ਨਾਲ ਕਿ ਇੰਨੀ ਇਨਵੈਸਟੀਗੇਸ਼ਨ, ਇੰਨੀ ਇਨਫੋਰਮੇਸ਼ਨ ਤਾਂ ਪੁਲਿਸ ਕੋਲ ਵੀ ਨਹੀਂ ਹੋਏਗੀ ਜਿੰਨੀ ਸਾਡੇ ਕੋਲ ਰੋਜ਼ ਸਾਨੂੰ ਘਰ ਬੈਠੇ ਮਿਲਦੀ ਹੈ ਜੀ। ਸਾਡੇ ਲੋਕ ਸਾਨੂੰ ਫੋਨਾਂ 'ਤੇ ਇਨਫੋਰਮੇਸ਼ਨ ਦਿੰਦੇ ਨੇ ਔਰ ਮੈਂ ਇਹ ਗੱਲ ਤੁਹਾਨੂੰ ਜਿਹੜੀ ਪੁਲਿਸ ਨਾਲ ਤੁਸੀਂ ਰਿਲੇਟਡ ਹੋਣਾ ਸਵਾਲ ਕੀਤਾ ਕਿ ਤੁਹਾਨੂੰ ਕਿਸੇ ਪੁਲਿਸ ਅਫਸਰ ਨੇ ਕਾਲ ਕੀਤੀ ਜਾਂ ਐਪਰੀਸ਼ੀਏਟ ਕੀਤਾ, ਤੇ ਬਕਾਇਦਾ ਕਿ ਪੁਲਿਸ ਸਾਨੂੰ ਕਿਤੇ ਨਾ ਕਿਤੇ ਥ੍ਰੀਟ ਕਰਦੀ ਹੈ ਕਿ ਤੁਸੀਂ ਮਤਲਬ ਇਹ ਵਰਕ ਕਰ ਰਹੇ ਹੋ, ਤੁਸੀਂ ਨਾ ਡਿਸਕਲੋਜ਼ ਕਰ ਰਹੇ ਹੋ, ਤੁਸੀਂ ਮਤਲਬ ਇਹ ਕੰਮ ਗਲਤ ਆ, ਤੁਹਾਨੂੰ ਇੱਦਾਂ ਨਹੀਂ ਕਰਨਾ। ਕਿਤੇ ਨਾ ਕਿਤੇ ਪੁਲਿਸ ਦਾ ਸਾਡੇ ਪ੍ਰਤੀ ਜਿਹੜਾ ਨਾ ਉਹ ਮਤਲਬ ਕਿ ਨੈਗੇਟਿਵਿਟੀ ਆ, ਮਤਲਬ ਮਦਦ ਕਰਨ ਦੀ ਬਜਾਏ ਤੁਹਾਨੂੰ ਨੈਗੇਟਿਵ ਪਾਸੇ ਵੱਲ ਲੈ ਕੇ ਜਾ ਰਹੇ ਆ, ਤੁਹਾਡੀ ਸੋਚ ਨੂੰ ਟ੍ਰਾਂਸ। ਜੀ ਜੀ ਹਾਂ, ਹੁਣ ਦੇਖੋ ਇੱਕ ਜ਼ਿੰਮੇਵਾਰ SSP ਹੋਵੇ ਬਟਾਲੇ ਦਾ ਔਰ ਇੱਕ SP ਸਨ ਸਰੋਆ ਸਾਹਿਬ SP ਸਨ ਇੱਥੇ ਬਟਾਲੇ, ਔਰ ਜਦੋਂ ਅਸੀਂ ਇੱਥੇ ਹੋਲਡਿੰਗ ਲਗਾਏ ਔਰ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਖੁਦ SSP ਕਹਿ ਰਹੇ ਨੇ ਕਿ ਮਤਲਬ ਇਹ ਲੋਕ ਹੀਰੋ ਬਣਨ ਵਾਸਤੇ ਕੰਮ ਕਰ ਰਹੇ ਨੇ ਜੀ, ਇਹਨਾਂ ਤੇ ਕਾਨੂੰਨੀ ਕਾਰਵਾਈ ਹੋਏਗੀ, ਇੱਦਾਂ ਸਿਰੇ ਮੈਂ ਨਾਮ ਲਿਖਣਾ ਮਾੜੀ ਗੱਲ ਆ। ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀ, ਮੈਂ ਦੇਖੋ ਜਿਹੜਾ ਬੰਦਾ ਆਪਣੀ ਜਾਨ ਹੀ ਤਲੀ 'ਚ ਰੱਖ ਕੇ ਤੁਰ ਪਿਆ ਉਹਨੂੰ ਹੀਰੋ ਜਾਂ ਨਾ ਹੀਰੋ ਬਣਨਾ ਤਾਂ ਕੋਈ ਮਤਲਬ ਨਹੀਂ, ਜੀਦੇ ਰਹਾਂਗੇ ਤੇ ਹੀਰੋ ਬਣਾਂਗੇ। ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਰਿਸਕ ਲਾ ਲਿਆ, ਔਰ ਦੂਜੀ ਗੱਲ ਇਹ ਕਿ SP ਸਰੋਆ ਸਨ ਇੱਥੇ ਬਟਾਲੇ ਜੀ, ਔਰ ਫਿਰ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਤੇ ਉਹਨਾਂ ਮੈਨੂੰ ਕਿਹਾ, ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਦੇਖੋ ਮੈਨੂੰ ਇਨਫੋਰਮੇਸ਼ਨ ਮਿਲਦੀ ਆ ਪੂਰੇ ਪੰਜਾਬ 'ਚ ਤਸਕਰਾਂ ਦੀ, ਮੈਨੂੰ ਇਹ ਲੋਕ ਇਨਫੋਰਮੇਸ਼ਨ ਲਿਖਾ ਰਹੇ ਨੇ, ਔਰ ਤੁਹਾਡੇ ਕੋਲ ਸ਼ਾਇਦ 100 ਬੰਦੇ ਦੀ ਜਾਣਕਾਰੀ ਨਾ ਹੋਏ ਔਰ ਮੇਰੇ ਕੋਲ ਹਜ਼ਾਰਾਂ ਲੋਕਾਂ ਦੇ ਨਾਮ ਨੇ ਮੇਰੇ ਕੋਲ, ਔਰ ਉਹ ਮੈਂ ਤੁਸੀਂ ਕਿਉਂ ਨਹੀਂ ਇੱਕ ਨੰਬਰ ਲਾਂਚ ਕਰਦੇ, ਤੁਸੀਂ ਇੱਕ ਟੋਲ ਫਰੀ ਨੰਬਰ ਲਾਂਚ ਕਰੋ ਪੰਜਾਬ ਦੇ ਵਿੱਚ
ਔਰ ਅਸੀਂ ਮਤਲਬ ਕਿ ਹੋਲਡਿੰਗ ਦੇ ਨਾਲ ਇੱਕ ਆਪਣੀ ਮੰਗ ਉਠਾਈ ਸੀਗੀ 7-8 ਮਹੀਨੇ ਪਹਿਲਾਂ ਕਿ ਇੱਕ ਪੰਜਾਬ 'ਚ ਟੋਲ ਫਰੀ ਨੰਬਰ ਲਾਂਚ ਕੀਤਾ ਜਾਵੇ 1-1-1-2 ਜਾਂ 4-4 ਜਾਂ 0-0 ਕਰਕੇ, ਜਿੱਥੇ ਲੋਕ ਜਾਣਕਾਰੀ ਦੇਣ ਕਿ ਸਾਡਾ ਜਿਵੇਂ ਲੋਕ ਸਾਨੂੰ ਜਾਣਕਾਰੀ ਦਿੰਦੇ ਨੇ। ਔਰ ਐਸ ਪੀ ਸਰੋਆ ਸਾਹਿਬ ਨੇ ਜਿਹੜਾ ਅੱਜ ਜਵਾਬ ਦਿੱਤਾ, ਸ਼ਾਇਦ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਗੱਲ ਤੋਂ ਜੀ। ਕੀ 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 ਜਵਾਬ ਦਿੱਤਾ ਉਹਨਾਂ ਨੇ? ਉਹ ਆਂਦੇ ਹੀ ਕਿ ਯਾਰ ਜਿਹੜਾ ਟੋਲ ਫਰੀ ਨੰਬਰ ਆ ਉਹ 181 ਨੰਬਰ ਤਾਂ ਆਲਰੇਡੀ ਚੱਲ ਰਿਹਾ, ਮੈਂ ਉਹ 181 ਨੰਬਰ ਤਾਂ ਲੇਡੀ ਹੈਲਪਲਾਈਨ ਆ, ਲੋਕਾਂ ਨੂੰ ਇੱਕ ਸਪੈਸ਼ਲ ਨੰਬਰ ਚਾਹੀਦਾ, ਇੱਕ ਸਪੈਸ਼ਲ ਨਸ਼ਿਆਂ ਦੇ, ਕਿਉਂਕਿ ਨਸ਼ਾ ਇੱਕ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ, ਨਸ਼ਿਆਂ ਦੇ ਖਿਲਾਫ਼ ਇੱਕ ਵੱਖਰਾ ਨੰਬਰ ਚਾਹੀਦਾ, ਔਰ ਜਿਹਦਾ ਵੱਖਰਾ ਸੈੱਲ ਹੋਏ, ਵੱਖਰੀ ਉਹਦੇ ਤੇ ਸਟਾਫ ਕੰਮ ਕਰੇ। ਔਰ ਉਹ ਕਹਿੰਦੇ ਯਾਰ ਕੱਲ੍ਹ ਨੂੰ ਕਿਸੇ ਦੀ ਕੱਟੀ ਗਵਾਚ ਜਾਏਗੀ, ਕਿਸੇ ਦੀ ਮੱਝ ਗਵਾਚ ਜਾਏਗੀ, ਤੇ ਟੋਲ ਫਰੀ ਨੰਬਰ ਵੱਖਰੇ ਵੱਖਰੇ ਲਾਂਚ ਕਰਾਂਗੇ, ਸਾਨੂੰ ਕੋਈ ਕਿਸੇ ਦੀ ਕੱਟੀ ਮੱਝ ਗਵਾਚ ਜਾਏਗੀ ਤੇ ਉਹਨਾਂ ਵਾਸਤੇ ਨੰਬਰ ਲਾਂਚ ਕਰਾਂਗੇ। ਔਰ ਉਦੋਂ ਮੈਂ ਫਿਰ ਮੌਕੇ ਤੇ ਉਹਨੂੰ ਐਸ ਪੀ ਸਾਹਿਬ ਨੇ ਇਹ ਗੱਲ ਕਹੀ ਕਿ ਸਰ ਇਹ ਕੱਟੀਆਂ ਜਾਂ ਮੱਝਾਂ ਨੀਗੀਆਂ ਕਿਸੇ ਦੀਆਂ, ਇਹ ਬੱਚੇ ਨੇ ਮਾਵਾਂ ਦੇ। ਬਿਲਕੁਲ, ਮਤਲਬ ਕਿਤੇ ਨਾ ਕਿਤੇ ਨਵਤੇਜ ਜੀ ਤੁਹਾਨੂੰ ਲੱਗਦਾ ਕਿ ਪੁਲਿਸ ਹੀ ਨਸ਼ਾ ਰੋਕਣਾ ਨਹੀਂ ਚਾਹੁੰਦੀ? ਹਾਂ, ਪੁਲਿਸ ਦੀ ਕੋਈ ਮਨਸਾ ਨਹੀਂ ਹੈਗੀ ਭਾਜੀ, ਆਪਾਂ ਸਪਸ਼ਟ ਜੀ ਕਹਿੰਦੇ ਕਿਉਂਕਿ ਸਾਨੂੰ 2 ਸਾਲ ਹੋ ਗਏ ਨੇ, ਅਸੀਂ ਬਿਲਕੁਲ ਆਪਣੀ ਪੂਰੀ ਸਾਡੀ ਇੱਕ ਐਸ ਸੀ ਦੇ ਅਸੀਂ ਅੰਦਰ ਤੱਕ ਵੜੇ ਹਾਂ, ਸਾਡੇ ਕੋਲ ਓਨੀ ਜਾਣਕਾਰੀ ਪੁਲਿਸ ਕੋਲ ਨੀਗੀ ਜਿੰਨੀ ਨਸ਼ਿਆਂ ਦੇ ਖਿਲਾਫ਼ ਜਾਣਕਾਰੀ। ਅੱਛਾ ਨਵਤੇਜ ਜੀ, ਸਾਰੀ ਮਤਲਬ ਪੰਜੇ ਉਂਗਲਾਂ ਬਰਾਬਰ ਨਹੀਂ ਹੈ, ਕੁਛ ਪੁਲਿਸ ਆਫਿਸਰ ਅੱਛੇ ਵੀ ਹੋਣਗੇ ਜਿਹੜੇ ਤੁਹਾਡੀ ਅੰਦਰ ਗਤੀ ਮਦਦ ਵੀ ਕਰਦੇ ਹੋਣਗੇ, ਕਹਿੰਦੇ ਹੋਣਗੇ, ਤੁਹਾਨੂੰ ਸ਼ਾਬਾਸ਼ ਵੀ ਦਿੰਦੇ ਹੋਣਗੇ। ਸ਼ਾਬਾਸ਼ ਤੇ ਭਾਜੀ ਪਿਛਲੇ ਜਿਹੇ ਮੈਂ ਤੇ FIR ਜ਼ਰੂਰ ਹੋਈ ਸੀਗੀ ਇੱਕ ਜੀ, ਅੰਮ੍ਰਿਤਸਰ ਪੁਲਿਸ ਨੇ ਪਰਚਾ ਜ਼ਰੂਰ ਮੇਰੇ ਤੇ ਕੀਤਾ ਸੀ ਕਿ ਲੋਕਾਂ ਦੀ ਮਦਦ ਕਰਦਾ, ਲੋਕਾਂ ਦੀ ਸੇਵਾ ਕਰ ਰਿਹਾ, ਤੇ ਅਜੇ ਤੱਕ ਪਰਚਿਆਂ ਨਾਲ ਜ਼ਰੂਰ ਨਵਾਜਿਆ ਇਹਨਾਂ ਨੇ। ਔਰ ਜਿਹੜੀ ਕੋਈ ਮੁਲਾਜ਼ਮ, ਕੋਈ ASI ਲੈਵਲ ਦੇ, ਇੰਸਪੈਕਟਰ ਲੈਵਲ ਦੇ ਕੋਈ ਆਫਿਸਰ ਆ ਵੀ ਸਾਡੇ ਨਾਲ ਹਮਦਰਦੀ ਹੋ ਸਕਦੀ ਆ। ਅੱਛਾ, ਆਖਰ ਵਿੱਚ ਚਾਹੁੰਦੇ ਕੀ ਹੋ ਤੁਸੀਂ ਨਵਤੇਜ ਜੀ? ਕੀ ਮਤਲਬ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ, ਪੰਜਾਬ ਸਰਕਾਰ ਤੋਂ ਕੀ ਚਾਹੁੰਦੇ ਹੋ ਤੁਸੀਂ? ਦੇਖੋ, ਅਸੀਂ ਇਹ ਚਾਹੁੰਦੇ ਆ ਕਿ ਅਸੀਂ ਹੁਣ ਤਾਂ ਕੁਝ ਨਹੀਂ ਚਾਹੁੰਦੇ, ਅੱਜ ਤੋਂ ਜਦੋਂ ਮੁਹਿੰਮ ਸ਼ੁਰੂ ਕੀਤੀ ਉਦੋਂ ਚਾਹੁੰਦੇ ਸੀ ਕਿ ਤੁਸੀਂ ਗੰਭੀਰ ਹੋਵੋ, ਪਰ ਹੁਣ ਸਾਨੂੰ ਪਤਾ ਲੱਗ ਗਿਆ ਕਿ ਇਹ ਲੋਕ ਕਦੇ ਸੁਧਰ ਨਹੀਂ ਸਕਦੇ, ਇਹ ਲੋਕ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ, ਇਹਨਾਂ ਨੂੰ ਸਿਰਫ ਪੈਸੇ ਨਾਲ ਮਤਲਬ ਆ। ਪੁਲਿਸ ਅਫਸਰ ਨੂੰ ਥਾਣਿਆਂ 'ਚ ਦੇਖੋ, ਇੱਕ ਪੋਲੀਟੀਕਲ ਲੀਡਰ ਨੂੰ ਵੋਟਾਂ ਨਾਲ ਮਤਲਬ ਆ ਜੀ, ਔਰ ਪੁਲਿਸ ਅਫਸਰਾਂ ਨੂੰ ਮਤਲਬ ਹੁੰਦਾ ਕਿ ਅਸੀਂ ਚੰਗੇ ਥਾਣਿਆਂ, ਥਾਣੇ ਦਾ ਮਤਲਬ ਕੀ ਆ, ਚੰਗੇ ਸ਼ਹਿਰਾਂ 'ਚ ਲੱਗੀਏ। ਮੀਨਸ ਕਿ ਤੁਸੀਂ ਆਮ ਅਕਸਰ ਸੁਣਿਆ ਕਿਉਂਕਿ ਲੈਨ ਹਾਜ਼ਰ ਕਰਤਾ, PAP 'ਚ ਲਗਾਤਾ ਫਲਾਣੇ ਅਫਸਰ ਨੂੰ ਵੀ ਖੁੱਡੇ ਲੈਣ ਲਾਤਾ, ਤੁਸੀਂ ਇੱਥੇ ਸੁਣਦੇ ਤੇ ਖੁੱਡੇ ਲੈਣ ਲਾਤਾ, ਖੁੱਡੇ ਲੈਣ ਦਾ ਮਤਲਬ ਇਹੋ ਹੀ ਆ ਕਿ ਜਿਹੜੇ ਅਫਸਰ ਥਾਣਿਆਂ 'ਚ ਲੱਗਦੇ ਨੇ ਜਾਂ ਜ਼ਿਲ੍ਹਿਆਂ ਦੇ ਲੱਗਦੇ ਨੇ ਉਹਨਾਂ ਨੂੰ ਪੈਸਾ ਇਕੱਠਾ ਹੁੰਦਾ, ਤੇ ਜਿਹੜੇ ਅਫਸਰ ਖੁੱਡੇ ਲਾਈਨ ਹਾਜ਼ਰ ਕਰਦੇ ਜਿਹਨੂੰ ਕਹਿ ਦਿੰਦੇ ਕਿ PAP 'ਚ ਲਗਾ ਦਿੱਤੇ ਗਏ ਨੇ, ਉਹ ਵਿਹਲੇ ਹੋ ਜਾਂਦੇ ਨੇ, ਉਹਨਾਂ ਨੂੰ ਪੈਸਾ ਨਹੀਂ ਮਿਲਦਾ। ਔਰ ਅਫਸਰਾਂ ਦਾ ਮਤਲਬ ਆ ਅਸੀਂ ਚੰਗੇ ਚੰਗੇ ਥਾਣਿਆਂ 'ਚ ਲੱਗੀਏ, ਜ਼ਿਲ੍ਹੇ ਦੇ ਇੰਚਾਰਜ ਲੱਗੀਏ, ਔਰ ਉਹ ਲੋਕਾਂ ਪੋਲੀਟੀਕਲ ਲੀਡਰਾਂ ਨੇ, ਔਰ ਪੋਲੀਟੀਕਲ ਲੀਡਰਾਂ ਦਾ ਮਤਲਬ ਆ ਵੋਟਾਂ। ਬਿਲਕੁਲ ਬਿਲਕੁਲ, ਪੋਲੀਟੀਕਲ ਜਿਹੜੇ ਲੋਕ ਨੇ ਉਹਨਾਂ ਨੂੰ ਸਿਰਫ ਵੋਟਾਂ ਦੀ ਲੋੜ ਹੈ, ਸ਼ੋਹਰਤ ਦੀ ਲੋੜ ਹੈ, ਲੇਕਿਨ ਲੇਕਿਨ ਐਡਾ ਵੱਡਾ ਤੁਸੀਂ ਇੱਕ ਸੰਸਥਾ ਚਲਾ ਰਹੇ ਹੋ, ਤੁਸੀਂ ਹੋਰਡਿੰਗ ਲਾ ਰਹੇ ਹੋ, ਤਾਂ ਮੇਰਾ ਇੱਕ ਕੁਐਸਚਨ ਹੈ, ਥੋੜ੍ਹਾ ਜਿਹਾ ਹਟ ਕੇ ਹੈ, ਤੁਹਾਡੇ ਕੋਲੋਂ ਫੰਡਸ ਜਿਹੜਾ ਹੈ, ਜਿਹੜਾ ਪੈਸਾ ਹੈ, ਉਹ ਫਿਰ ਕਿਸ ਤਰ੍ਹਾਂ ਤੁਸੀਂ ਮਤਲਬ ਉਸ ਦਾ ਪ੍ਰਬੰਧ ਕਰਦੇ ਹੋ ਪੈਸੇ ਦਾ? ਦੇਖੋ, ਹੁਣ ਅਸੀਂ ਇੱਥੇ ਇੱਕ ਬਟਾਲਾ ਵਿਖੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਹੋਸਪਿਟਲ ਬਣਾ ਰਹੇ ਹਾਂ, ਜੋ ਲੋਕ ਵਿਚਾਰੇ ਆਪਣਾ ਇਲਾਜ ਨਹੀਂ ਕਰਾ ਸਕਦੇ, ਔਰ ਉਹ ਵੀ 10-12 ਕਰੋੜ ਦਾ ਹੋਸਪਿਟਲ ਬਣਾ ਰਹੇ ਹਾਂ। ਇਹ ਵੀ ਕੰਮ ਸਰਕਾਰਾਂ ਦੇ ਸਨ, ਇਹ ਸਰਕਾਰਾਂ ਦੇ ਸਨ, ਸਾਡੇ ਦੇਸ਼ ਦੇ ਸਿਸਟਮ
ਜਿਹੜਾ ਸਰਕਾਰੀ ਸਿਸਟਮ ਹੈ ਇਹਨਾਂ ਦੇ ਕੰਮ ਸੀ, ਔਰ ਹੋਸਪਿਟਲ ਦੀ ਲਗਜ਼ਰੀ ਹੋਸਪਿਟਲ ਅਸੀਂ ਬਣਾ ਰਹੇ ਹਾਂ, ਔਰ ਮੇਰੇ ਕੋਲ ਡੇਲੀ 800-900 ਦੇ ਕਰੀਬ ਮਰੀਜ਼ ਆਉਂਦੇ ਨੇ ਜਿਹਨਾਂ ਦੇ ਅਸੀਂ ਇਲਾਜ ਕਰਵਾਉਂਦੇ ਹਾਂ, ਟੈਸਟ ਕਰਵਾਉਂਦੇ ਹਾਂ, ਔਰ ਜਿਹੜਾ ਪੈਸਾ ਵਾ ਉਹ ਸਾਨੂੰ NRI ਵੀਰ ਨੇ ਜਿਹੜੇ ਸਾਡੇ ਨਾਲ ਜਿਹੜੇ ਸਾਡੇ ਇੱਥੋਂ ਸਟੂਡੈਂਟ ਖਾਸ ਕਰ ਜਿਹੜੇ ਨੌਜਵਾਨ ਸਟੂਡੈਂਟ ਪੰਜਾਬ 'ਚ ਗਏ ਹੋਏ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ, ਉਹ ਸਾਨੂੰ ਡੋਨੇਸ਼ਨ ਭੇਜਦੇ ਨੇ। ਔਰ ਦੇਖੋ ਇੱਕ ਏਡੇ ਵੱਡੇ ਲੈਵਲ 'ਤੇ ਸਾਡੀ ਸੰਸਥਾ ਵਾ, ਪੰਜਾਬ ਦੀ ਇਸ ਟਾਈਮ ਸਭ ਤੋਂ ਵੱਡਾ ਹੋਸਪਿਟਲ ਬਣ ਰਿਹਾ, ਲੋਕਾਂ ਦੇ ਇਲਾਜ ਹੋ ਰਹੇ ਨੇ, ਔਰ ਪਿੱਛੇ ਜੀ ਪੰਜਾਬ ਪੁਲਿਸ ਨੇ ਮੇਰੇ 'ਤੇ ਪਰਚਾ ਠੋਕਿਆ ਕਿ ਇਹ ਬੰਦਾ ਮਤਲਬ ਲੋਕਾਂ ਦਾ ਭਲਾ ਕਰਦਾ। ਹਾਂ, ਇਹ ਪਰਚੇ ਦਾ ਕਾਰਨ ਕੀ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਂ 'ਤੇ ਕਵੱਲਾ ਵਿਖੇ ਹੋਸਪਿਟਲ ਆ, ਜੋ ਪੰਜਾਬ ਦਾ ਦੂਜੇ ਤੀਜੇ ਨੰਬਰ ਦਾ ਸਭ ਤੋਂ ਵੱਡਾ ਮੈਡੀਕਲ ਇੰਸਟੀਟਿਊਟ ਆ, ਔਰ ਸ਼੍ਰੋਮਣੀ ਕਮੇਟੀ ਉਹਨੂੰ ਚਲਾ ਰਹੀ ਆ, ਗੁਰੂ ਦੀ ਗੋਲਕ ਤੋਂ ਹੋਸਪਿਟਲ ਚੱਲਦਾ, ਡਾਕਟਰਾਂ ਨੂੰ ਤਨਖਾਹ ਵੀ ਗੁਰੂ ਦੀ ਗੋਲਕ ਤੋਂ ਮਿਲਦੀ ਆ, ਔਰ ਉਸ ਹੋਸਪਿਟਲ 'ਚੋਂ ਮਰੀਜ਼ਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਕਿ ਪੈਸੇ ਲੈ ਕੇ ਆਓ, ਔਰ ਉਹਨਾਂ ਨੇ ਇੱਕ ਸਟੇਟ ਲੈਵਲ ਦੀ ਖਿਡਾਰਨ ਸੀਗੀ ਕਬੱਡੀ ਦੀ, ਉਹ ਗਰੀਬ ਪਰਿਵਾਰ ਦੀ ਸੀ, ਉਹਨੂੰ ਰਾਤ ਨੂੰ 10 ਵਜੇ ਬਾਹਰ ਕੱਢਿਆ ਕਿ ਮਤਲਬ ਤੁਸੀਂ ਪੈਸੇ ਲੈ ਕੇ ਆਓ। ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ, ਮੈਂ ਉਸ ਬੱਚੀ ਨੂੰ ਉਠਾ ਕੇ ਔਰ ਦੂਸਰੇ ਹੋਸਪਿਟਲ 'ਚ ਖੜਿਆ, ਕਾਰਪੋਰੇਟ ਹੋਸਪਿਟਲ ਸੀਗਾ ਅੰਮ੍ਰਿਤਸਰ ਦਾ, ਉਹ ਵੀ ਕਾਫੀ ਪ੍ਰਾਈਵੇਟ ਹੋਸਪਿਟਲ ਸੀ, ਔਰ ਮੈਂ ਉੱਥੇ ਵੀਡੀਓ ਬਣਾਈ ਕਿ ਇਹ ਮਤਲਬ ਸਾਡੀਆਂ ਸਰਕਾਰਾਂ ਦੇ ਕੰਮ ਨੇ, ਇਹ ਸਾਡੇ ਇੱਥੋਂ ਦਾ ਸਿਸਟਮ ਆ ਕਿ ਇੱਕ ਕਬੱਡੀ ਦੀ ਖਿਡਾਰਨ ਨੂੰ ਰਾਤ ਨੂੰ ਪੈਸੇ ਦੀ ਖਾਤਰ ਬਾਹਰ ਕੱਢ ਦਿੱਤਾ ਜਾਂਦਾ, ਔਰ ਇਹ ਹੋਸਪਿਟਲ ਵਾਲਿਆਂ ਨੇ ਕੱਢਿਆ, ਔਰ ਇਹ ਸਾਡਾ ਸਰਕਾਰੀ ਸਿਸਟਮ ਆ। ਨਹੀਂ, ਉਹ ਪਰਚੇ ਦੇ ਵਿੱਚ ਕੀ ਕਾਰਨ ਕੀ ਲਿਖਿਆ, ਕਿਸ ਕਾਰਨ ਕਰਕੇ ਪਰਚਾ ਹੋਇਆ? ਤੁਸੀਂ ਕਾਰਨ ਸੁਣ ਕੇ ਹੈਰਾਨ ਹੋ ਜਾਓਗੇ ਭਾਜੀ, ਤੁਸੀਂ ਕਾਰਨ ਸੁਣ ਕੇ ਤੁਹਾਡੇ ਰੋਮ ਤੇ ਖੜੇ ਹੋ ਜਾਣਗੇ ਕਿ ਇੱਕ ਬੱਚੀ ਨੂੰ 10 ਵਜੇ ਇੱਕ ਬੰਦਾ ਚੁੱਕਦਾ, ਉਹਨੂੰ ਹੋਸਪਿਟਲ ਖੜਦਾ, 1,00,000 ਰੁਪਈਆ ਲਾ ਕੇ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ, ਔਰ ਪੁਲਿਸ ਕੀ ਲਿਖ ਰਹੀ ਆ ਕਿ ਉਸ ਬੱਚੀ ਦੀ ਜਿਹੜੀ ਐਂਬੂਲੈਂਸ ਸੀ ਉਹਨੂੰ ਧੱਕੇ ਦੇ ਨਾਲ ਕਿਡਨੈਪ ਕਰਕੇ ਨਵਤੇਜ ਸਿੰਘ ਨੇ ਦੂਸਰੇ ਹੋਸਪਿਟਲ 'ਚ ਲੈ ਗਿਆ ਜੀ। FIR ਦੀ ਇਹ ਬਿਲਡਿੰਗ ਆ ਕਿ ਉਹਨੂੰ ਧੱਕੇ ਦੇ ਨਾਲ ਕਿਡਨੈਪ ਕਰ ਲਿਆ ਗਿਆ, ਔਰ ਧੱਕੇ ਨਾਲ ਕਿਡਨੈਪ ਕਰਕੇ ਦੂਸਰੇ ਹੋਸਪਿਟਲ 'ਚ ਲੈ ਗਿਆ। ਨਹੀਂ, ਬੱਚੀ ਦੇ ਨਾਲ ਉਹਨਾਂ ਨੇ, ਬੱਚੀ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ? ਵੀ ਬੱਚੀ ਨੇ ਕੀ ਤੁਹਾਡੇ ਪੱਖ ਵਿੱਚ ਕਿਹਾ? ਬੱਚੀ ਤੇ ਉਸ ਟਾਈਮ ਕਹਿ ਰਹੀ ਹੈ, ਵੀਡੀਓ ਦੇ ਵਿੱਚ ਕਹਿ ਰਹੀ ਹੈ, ਔਰ ਉਹਨਾਂ ਕਿਹਾ ਕਿ ਵੀਡੀਓ ਬਣਾਈ ਗਈ ਆ, ਔਰ ਵੀਡੀਓ ਦੇ ਵਿੱਚ ਮਤਲਬ ਬਦਨਾਮੀ ਕੀਤੀ ਗਈ ਹੋਸਪਿਟਲ ਦੀ, ਔਰ ਬੱਚੀ ਕਹਿ ਰਹੀ ਹੈ ਕਿ ਬੱਚੀ ਤਾਂ ਬੇਹੋਸ਼ ਸੀਗੀ, ਔਰ ਬੱਚੀ ਦੀ ਮਾਂ ਕਹਿ ਰਹੀ ਹੈ, ਉਹਦੀਆਂ ਭੈਣਾਂ ਕਹਿ ਰਹੀਆਂ ਕਿ ਸਾਨੂੰ ਹੋਸਪਿਟਲ 'ਚੋਂ ਬਾਹਰ ਕੱਢਤਾ ਇਹਨਾਂ ਨੇ, ਤੇ ਪੈਸੇ ਲੈ ਕੇ ਆਓ ਤੇ ਭਾਜੀ ਸਾਨੂੰ ਬਚਾ ਲਓ, ਸਾਨੂੰ ਕਿਸੇ ਹੋਰ ਹੋਸਪਿਟਲ 'ਚ ਖੜੋ। ਨਤੇਜ ਜੀ, ਵਾਕਿਆ ਹੀ ਗੱਲਾਂ ਬਹੁਤ ਕਰਨੇ ਨੂੰ ਜੀ ਕਰਦਾ, ਔਰ ਭਵਿੱਖ ਵਿੱਚ ਵੀ ਅਸੀਂ ਤੁਹਾਨੂੰ ਲਾਈਨ 'ਤੇ ਲਵਾਂਗੇ। ਐਸੀ ਜੀ ਬਿਮਾਰ, ਮੈਂ ਪੁਲਿਸ ਦੀ ਬਿਮਾਰ ਮਾਨਸਿਕਤਾ ਤੁਹਾਨੂੰ ਦੱਸ ਰਿਹਾ ਕਿ ਇਹ ਨਸ਼ੇ ਖਤਮ ਕਰਨਗੇ ਜੀ, ਪੰਜਾਬ 'ਚੋਂ ਨਸ਼ੇ ਖਤਮ ਕਰ ਸਕਦੇ? ਇੱਕ ਸਮਾਜ ਸੇਵਕ ਬੰਦੇ ਤੇ, ਇੱਕ ਗਰੀਬ ਲੋਕਾਂ ਦੀ ਜਾਨ ਬਚਾਉਣ ਵਾਲੇ ਬੰਦੇ ਦੇ ਉੱਤੇ ਇੰਨੇ ਝੂਠੇ ਪਰਚੇ ਕਰਦੇ ਨੇ। ਬਿਲਕੁਲ, ਜਿਹੜਾ ਪਰਚਾ ਮੈਂ ਖੁਦ ਸੁਣ ਕੇ ਪੜ੍ਹ ਕੇ, ਔਰ ਮੈਂ ਹੈਰਾਨ ਹੋ ਗਿਆ, ਮੈਂ ਅਜੇ ਤੱਕ ਜ਼ਮਾਨਤ ਤੱਕ ਨਹੀਂ ਕਰਾਈ ਵੀ ਇਸ ਪਰਚੇ ਦੀ ਮੈਂ ਜ਼ਮਾਨਤ ਕਰਾਵਾਂਗਾ ਕੀ, ਇਹ ਤਾਂ ਸਰੇ ਵੀ ਝੂਠ ਆ। ਵੈਸੇ ਨਾ ਤੁਹਾਡੀ ਮੈਂ ਕਹਿੰਦਾ ਕਿ ਅਕਾਲ ਪੁਰਖ ਨੇ ਡਿਊਟੀ ਲਾਈ ਹੈ, ਔਰ ਕਹਿੰਦੇ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ, ਔਰ ਤੁਹਾਡੇ ਤੇ ਬੜੀ ਦਇਆ ਹੈ, ਔਰ ਤੁਸੀਂ ਬੜੇ ਨਿਤੜਕ ਔਰ ਬੜੇ ਨਿਡਰ ਕਿਸਮ ਦੇ ਇਨਸਾਨ ਹੋ, ਜੋ ਕਿ ਅਜੇ ਤੱਕ ਕੰਡੇ ਵਿਸ਼ੇ ਹੋਏ ਨੇ ਰਸਤਿਆਂ ਦੇ ਉੱਪਰ, ਲੇਕਿਨ ਫਿਰ ਵੀ ਤੁਸੀਂ ਨੰਗੇ ਪੈਰੀ ਉਹਨਾਂ ਕੰਡਿਆਂ ਦੇ ਨਾਲ ਸਫ਼ਰ ਤੈਅ ਕਰੀ ਜਾਂਦੇ ਹੋ,
ਔਰ ਤੁਹਾਡੇ ਨਾਲ ਮਾਵਾਂ ਦੀਆਂ ਦੁਆਵਾਂ ਨੇ, ਭੈਣਾਂ ਦਾ ਪਿਆਰ ਹੈ ਤੁਹਾਡੇ ਨਾਲ, ਔਰ ਪੂਰਾ ਪੰਜਾਬ ਹੈ ਤੁਹਾਡੇ ਨਾਲ, ਤੁਸੀਂ ਡਟੇ ਰਹੋ। ਔਰ ਸਾਨੂੰ ਉਮੀਦ ਹੈ ਕਿ ਤੁਹਾਡੇ ਇਸ ਹੌਸਲੇ ਦੇ ਨਾਲ ਉਹ ਲੋਕ ਜ਼ਰੂਰ ਇੱਕ ਵਾਰ ਪਰਦਾ ਫਾਸ਼ ਹੋਣਗੇ ਜੋ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ। ਬਿਲਕੁਲ ਭਾਜੀ, ਬਹੁਤ ਧੰਨਵਾਦ। ਮੈਂ ਖਾਸ ਕਰ ਚਲੋ ਤੁਹਾਡੇ ਮਾਧਿਅਮ ਰਾਹੀਂ ਜੋ ਪੰਜਾਬ ਦਾ ਜਿਵੇਂ ਮੀਡੀਆ ਤੰਤਰ ਹੈ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਕਿ ਸਾਡੀ ਲੋਕਾਂ ਦੀ ਆਵਾਜ਼ ਤੱਕ ਮੀਡੀਆ, ਅਸੀਂ ਲੋਕ ਤਾਂ ਬੜਾ ਕੁਝ ਕਰਨ ਲਈ ਤਿਆਰ ਆ, ਬਿਲਕੁਲ ਸਮਾਜ ਦੇ ਲੋਕ ਬਹੁਤ ਕੁਝ ਕਰਨ ਲਈ ਤਿਆਰ ਨੇ ਇੱਥੋਂ ਦੇ ਸਮਾਜਿਕ। ਹੁਣ ਦੇਖੋ ਸਾਨੂੰ ਰੋਜ਼ ਹੀ 1000 ਕਾਲ ਆ ਰਹੀ ਆ, ਲੋਕ ਨਾਮ ਲਿਖਾ ਰਹੇ ਨੇ। ਔਰ ਬਿਲਕੁਲ ਕਾਲ ਆਏਗੀ ਨਵਤੇਜ ਜੀ, ਕਾਲ ਆਉਂਦੀ ਰਹੇਗੀ, ਤੁਹਾਡੇ ਕੋਲ ਉਹ ਸਾਰੇ ਸੰਪਰਕ ਕਰਨਗੇ ਤੁਹਾਡੇ ਨਾਲ, ਔਰ ਹਰ ਇੱਕ ਨੂੰ ਹੁਣ ਤੁਹਾਡੇ ਤੇ ਉਮੀਦਾਂ ਨੇ ਕਿ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਓਗੇ। ਨਵਤੇਜ ਸਿੰਘ ਜੀ, ਵਕਤ ਜਿਹੜਾ ਹੈ ਇਜਾਜ਼ਤ ਨਹੀਂ ਦਿੰਦਾ, ਲੇਕਿਨ ਇਸ ਵਾਅਦੇ ਨਾਲ ਤੁਸੀਂ ਜਾਓਗੇ ਕਿ ਭਵਿੱਖ ਵਿੱਚ ਸਾਡੇ ਇਸ ਨੰਬਰ ਤੇ ਜਦੋਂ ਵੀ ਕਾਲ ਆਵੇ ਤੁਸੀਂ ਬਾਕੀ ਕਾਲ ਛੱਡ ਕੇ ਇਸ ਨੂੰ ਕਾਲ ਨੂੰ ਜ਼ਰੂਰ ਤੁਸੀਂ ਤਵੱਜੋ ਦਿਓਗੇ, ਅਸੀਂ ਤਾਂ ਤੁਹਾਡੇ ਤੋਂ ਵਿਦਾ ਲਵਾਂਗੇ। ਹਾਂਜੀ ਭਾਜੀ, ਬਾਕੀ ਜਾਂਦੇ ਜਾਂਦੇ ਮੈਂ ਇੱਕ ਹੋਰ ਮੈਸੇਜ ਦੇਵਾਂਗਾ ਜੀ ਲਾਸਟ ਵਿੱਚ ਜੀ, ਕਿ ਜਿਹੜੀ ਸਭ ਤੋਂ ਵੱਧ ਇਨਫੋਰਮੇਸ਼ਨ ਸਾਨੂੰ ਹੁਣ ਆ ਰਹੀ ਆ ਕਿ ਜਿਹੜੇ ਵੱਡੇ ਵੱਡੇ ਤਸਕਰ ਨੇ ਜਾਂ ਅਸਲ ਸੂਫ ਲੋਕ ਨੇ ਕੰਮ ਕਰ ਰਹੇ ਨੇ ਧੰਦਾ, ਇਹ ਇਲੈਕਸ਼ਨ ਦੇ ਟਾਈਮ ਜਿਹੜੇ ਲੀਡਰ ਨੇ ਉਹਨਾਂ ਨੂੰ ਫੰਡ ਦੇ ਤੌਰ ਤੇ ਵੱਡੀਆਂ ਰਕਮਾਂ ਵੀ ਦਿੰਦੇ ਨੇ, ਇਹ ਵੀ ਲੋਕ ਸਾਨੂੰ ਨਾਲ ਦੀ ਨਾਲ ਕਹਿ ਰਹੇ। ਬਿਲਕੁਲ ਜੀ, ਹਜੇ ਹੋਰ ਬਹੁਤ ਵੱਡੇ ਖੁਲਾਸੇ ਹੋਣਗੇ ਨਵਤੇਜ ਸਿੰਘ ਜੀ। ਸੋ ਦੋਸਤੋ, ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਡੇ ਨਾਲ ਸਰਦਾਰ ਨਵਤੇਜ ਸਿੰਘ ਜੀ ਜੁੜੇ ਸਨ, ਜਿਨ੍ਹਾਂ ਦੀ ਅੱਜ ਤੁਸੀਂ ਵੀਡੀਓ ਵੇਖ ਰਹੇ ਹੋ, ਔਰ ਉਹ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਬਕਾਇਦਾ ਤੌਰ 'ਤੇ ਉਹਨਾਂ ਨਸ਼ਾ ਤਸਕਰ ਕਰਨ ਵਾਲਿਆਂ ਦੇ ਨਸ਼ੇ ਨੂੰ, ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਦੇ ਨਾਮ ਨੇ, ਫੋਨ ਨੰਬਰ ਨੇ, ਲੇਕਿਨ ਨਵਤੇਜ ਸਿੰਘ ਗੱਗੂ ਦੀ ਇੱਕੋ ਹੀ ਨਾਰਾਜ਼ਗੀ ਹੈ ਕਿ ਪੁਲਿਸ ਸਾਡਾ ਸਾਥ ਨਹੀਂ ਦਿੰਦੀ, ਔਰ ਜੋ ਸਾਥ ਅਸੀਂ ਪੁਲਿਸ ਕੋਲ ਚਾਹੁੰਦੇ ਹਾਂ ਉਸ ਸਾਥ ਵਿੱਚ ਪੁਲਿਸ ਅਜੇ ਪਿੱਛੇ ਹੈ। ਉਲਟਾ ਉਹਨਾਂ ਨੇ ਇਹ ਵੀ ਦੁੱਖ ਬਿਆਨ ਕੀਤਾ ਹੈ ਕਿ ਜੇ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡੇ 'ਤੇ ਜਦੋਂ ਪੁੱਛਿਆ ਗਿਆ, ਈਵਨ ਪੰਜਾਬੀ ਚੈਨਲ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦੀ ਮਦਦ ਹੁਣ ਤੱਕ ਹੋਈ ਹੈ, ਤਾਂ ਉਹਨਾਂ ਨੇ ਕਿਹਾ ਕਿ ਹਾਂ ਇੱਕ ਪਰਚਾ ਜ਼ਰੂਰ ਦਾਖਲ ਕਰ ਦਿੱਤਾ ਮੇਰੇ 'ਤੇ, ਹੁਣ ਤੱਕ ਮੇਰੀ ਜਿਹੜੀ ਹੈ ਐਪਰੀਸ਼ੀਏਸ਼ਨ ਉਹ ਇਹ ਜ਼ਰੂਰ ਹੋਈ ਹੈ। ਲੇਕਿਨ ਦੋਸਤੋ, ਬਹੁਤ ਸਾਰੇ ਪ੍ਰੈਸ਼ਨ ਨੇ, ਬਹੁਤ ਸਾਰੇ ਸਵਾਲ ਨੇ, ਲੇਕਿਨ ਇਸ ਐਪੀਸੋਡ ਨੂੰ ਅੱਗੇ ਤੋਰਨ ਵਾਸਤੇ ਦੁਬਾਰਾ ਫਿਰ ਅਸੀਂ ਨਵਤੇਜ ਸਿੰਘ ਗੱਗੂ ਜੀ ਦੇ ਕੋਲ ਜਾਵਾਂਗੇ ਔਰ ਉਹਨਾਂ ਕੋਲ ਲਵਾਂਗੇ ਅਪਡੇਟ। ਉਦੋਂ ਤੱਕ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫੋਰ ਆਲ ਅਪਡੇਟਡ ਨਿਊਜ਼, ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।